ਅਸਲਾਮੁਅਲੈਕੁਮ ਵੈਲਕਮ ਟੂ ਨਿਊ ਵਲੌਗ। ਲਓ ਜੀ ਵਿਊਅਰਸ, ਅਸੀਂ ਨਾ ਆਏ ਹਾਂ ਪੀਜ਼ਾ ਖਾਣ। ਅੱਛਾ, ਅਤੇ ਮੈਂ ਭਾਈ ਹੋਰੀ ਪੀਜ਼ਾ ਖਵਾ ਰਹੇ ਹਾਂ, ਮਾਸ਼ਾ ਅੱਲਾਹ। ਅੱਛਾ ਠੀਕ ਹੈ, ਦੇਖੋ ਮੈਂ ਪੀਜ਼ਾ ਖਵਾਏਗਾ ਸਾਨੂੰ, ਅਤੇ ਅਸੀਂ ਅੱਜ ਪੀਜ਼ਾ ਖਾਵਾਂਗੇ ਫ੍ਰੀ ਦਾ। ਇੱਕ ਭਾਈ ਹੈ ਵਾ ਸ਼ਬੀਰ ਸਾਹਿਬ, ਇਹ ਖਾਣਗੇ ਅਭੀ ਬਜਾਏਗਾ ਨਾ ਭਿੜੋ, ਤੇ ਇਹ ਖਵਾਣਗੇ। ਮਾਸ਼ਾਅੱਲਾ, ਇਹਨਾਂ ਨੇ ਅੱਜ ਸਾਡੀ ਈਦ ਜਿਹੜੀ ਹੈ ਨਾ, ਉਹ ਰੋਟੀ ਦਾ ਜਿਹੜਾ ਖਰਚਾ ਨਾ, ਅੱਜ ਇਹਨਾਂ ਨੇ ਚੁੱਕਿਆ ਹੋਇਆ ਸਾਡਾ। ਅੱਲਾਹ ਤਾਲਾ ਇਹਨਾਂ ਨੂੰ ਬੋਲ ਦੇਵੇ, ਬਹੁਤ ਜ਼ਿਆਦਾ ਦੇਵੇ, ਰੋਂਦਿਆਂ ਦੇ ਸਦਕੇ। ਬਹੁਤ ਅੱਛਾ ਬੰਦਾ ਵਾ, ਬਹੁਤ ਨਾਈਸ ਬੰਦਾ ਵਾ, ਤੁਸੀਂ ਦੇਖਿਆ ਹੋਣਾ ਵਾ, ਅਫਤਾਰੀ ਵੀ ਇਹਨੇ ਕਰਾਈ, ਠੀਕ ਹੈ, ਇਹਦਾ ਦਿਲ ਬਹੁਤ ਵੱਡਾ। ਮਾਸ਼ਾਅੱਲਾ, ਇਹਨੇ ਅੱਜ ਸਾਨੂੰ ਡਿਨਰ ਅਤੇ ਪੀਜ਼ਾ ਖਵਾ ਰਿਹਾ। ਮਿਹਰਬਾਨ ਸਾਹਿਬ, ਕੀ ਕਹਿਣਾ ਚਾਹੋਗੇ? ਅੱਛਾ, ਇਹ ਆਪਣਾ ਫੈਨ ਵੀ ਆ, ਆਪਣਾ ਸਮਝ ਲਓ ਵੀਰ ਵੀ ਆ, ਅਤੇ ਇਹਦੇ ਕਿਹਾ ਅੱਜ ਮੈਂ ਜਨਾਬ ਤੁਹਾਨੂੰ ਪੀਜ਼ਾ ਵੀ ਖਵਾਉਣਾ, ਸ਼ਵਾਰਮਾ ਵੀ, ਅਤੇ ਅਸੀਂ ਅੱਜ ਆ ਗਏ ਹਾਂ ਜੀ ਮਨਸੂਰਾਬਾਦ, ਪਾਨਾ ਵਾਲੇ ਚੌਂਕ ਵਿੱਚ, ਫੈਸਲਾਬਾਦ, ਠੀਕ ਆ। ਅਗਰ ਤੁਸੀਂ ਵੀ ਖਾਣਾ ਚਾਹੁੰਦੇ ਹੋ, ਪੀਜ਼ਾ ਬਹੁਤ ਅੱਛਾ ਵਾ, ਟੇਸਟ ਬਹੁਤ ਅੱਛਾ ਵਾ, ਤੁਸੀਂ ਵੀ ਆਓ, ਪਹੁੰਚੋ, ਆ ਕੇ ਚੈੱਕ ਕਰੋ, ਟੇਸਟ ਕਰੋ, ਤੁਹਾਨੂੰ ਯਕੀਨ ਆ ਬਹੁਤ ਪਸੰਦ ਆਏਗਾ, ਕਿਉਂਕਿ ਇਹਨਾਂ ਦਾ ਮਾਸ਼ਾਅੱਲਾ ਟੇਸਟ ਬਹੁਤ ਅੱਛਾ ਵਾ। ਅਸੀਂ ਖਾ ਚੁੱਕੇ ਹਾਂ ਪਹਿਲੇ, ਹੁਣ ਅਸੀਂ ਦੁਬਾਰਾ ਔਡਰ ਕੀਤਾ ਵਾ, ਅਤੇ ਪਹਿਲੇ ਅਸੀਂ ਮੰਗਵਾਇਆ ਸੀ ਡਿਲੀਵਰੀ, ਅਤੇ ਫਿਰ ਅਸੀਂ ਸੋਚਿਆ ਕਿ ਯਾਰ ਉੱਥੇ ਜਾ ਕੇ ਨਾਲੇ ਅਸੀਂ ਟੈਸਟ ਕਰਾਂਗੇ, ਨਾਲੇ ਤੁਹਾਨੂੰ ਅਸੀਂ ਸ਼ੌਪ ਦਾ ਵਿਜ਼ਿਟ ਕਰਾਵਾਂਗੇ, ਨਾਲੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਕਿ ਉਹ ਕੀ ਇਹਨਾਂ ਦੇ ਬਾਰੇ 'ਚ ਰੇਟ ਵਗੈਰਾ ਕੀ ਆ, ਔਰ ਮੈਨਿਊ ਕੀ ਆ, ਸਹੀ ਆ। ਅਤੇ ਆਹ ਤੁਸੀਂ ਦੁਕਾਨ ਦਾ ਵਿਜ਼ਿਟ ਕਰ ਲਓ, ਆਹ ਇਹਨਾਂ ਦੀ ਦੁਕਾਨ ਆ, ਅਗਰ ਕੋਈ ਵੀ ਭਾਈ ਲੈਣਾ ਚਾਹੁੰਦਾ ਤਾਂ ਮਨਸੂਰਾਬਾਦ। ਲਓ ਜੀ, ਇੱਕ ਨਾ ਐਡਰੈਸ ਥੋੜ੍ਹੀ ਗਲਤੀ ਹੋ ਗਈ, ਹਾਣੀ ਖਾਂ ਚੌਂਕ, ਮੈਂ ਹਾਣੀ ਸਿੰਘ ਕਹਿਤਾ ਸੀ, ਹਾਣੀ ਖਾਂ ਚੌਂਕ, ਅਤੇ ਇਹ ਸਿੱਧੀ ਰੋਡ ਜਿਹੜੀ ਆ 66 ਫੁੱਟਾ ਬਾਜ਼ਾਰ ਨੂੰ ਜਾਂਦੀ ਆ, ਇਸ ਰੋਡ 'ਤੇ ਤੁਸੀਂ ਆਉਣਾ, ਠੀਕ ਆ। ਅਤੇ ਆਹ ਭਾਈ ਹੋਰੀ ਦੁਕਾਨ ਆ, ਭਾਈ ਹੋਰਾਂ ਦੀ ਬਹੁਤ ਹੀ ਅੱਛੀ ਦੁਕਾਨ ਆ, ਆਹ ਦੇਖੋ ਤੁਸੀਂ ਆਓ, ਤੁਹਾਨੂੰ ਇਹਨਾਂ ਦਾ ਜਿਹੜਾ ਟੇਸਟ ਆ ਉਹ ਪਸੰਦ ਆਏਗਾ, ਬਹੁਤ ਅੱਛਾ ਟੇਸਟ ਆ, ਅਤੇ ਅਸੀਂ ਵੀ ਖਾਧਾ ਵਾ, ਬੜਾ ਹੀ ਮਜ਼ਾ ਆਇਆ, ਹੁਣ ਅਸੀਂ ਦੁਬਾਰਾ ਆਰਡਰ ਕੀਤਾ ਜੀ। ਫਾਈਨਲੀ ਵਿਊਅਰਸ, ਸਾਡਾ ਜਿਹੜਾ ਨਾ ਉਹ ਬਰਗਰ ਪੀਜ਼ਾ, ਕਿਹੜਾ ਵਾ, ਸ਼ਵਾਰਮਾ ਪੀਜ਼ਾ, ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ, ਆ ਗਿਆ। ਖੈਰ ਆਹ ਭਾਈ ਨੇ ਲਿਆ ਕੇ ਦਿੱਤਾ ਵਾ ਤਕਰੀਬਨ ਇੱਕ ਘੰਟੇ ਬਾਅਦ, ਪੀਜ਼ਾ ਵੈਦਰ ਵੇਖੋ, ਇਹ ਤਾਂ ਜਨਾਬ ਪਹੁੰਚ ਗਿਆ, ਪਹੁੰਚ ਗਏ ਹਾਂ ਹੁਣ ਅਸੀਂ ਇੱਥੇ, ਤਿਆਰ ਹੋ ਗਿਆ ਸਾਰਾ ਸਾਡਾ ਸਿਸਟਮ, ਇਹ ਭਾਈ ਸ਼ਬੀਰ ਦਾ ਵਾ ਅੱਛੇ ਵਾਲਾ, ਅਤੇ ਆਹ ਮਿਹਰਬਾਨ ਸਾਹਿਬ ਇਹ ਖਵਾ ਰਹੇ ਆ, ਅੱਜ ਇਹਨਾਂ ਦੀ ਜੇਬ ਢਿੱਲੀ ਹੋਏਗੀ।